डंगर दो बजा ना सरपंच खड़ा ट्रैक्टर ना नगाई दे तीन ने मेरे दो पोतियां डुब गई छप्पड़ दे मसी कढ़िया सी डंगर ए ना के डुब जाए ट्रैक्टर ना नगाई बंदा डुब जाए तो मरूगा ही साढ़े एक 40 साल पहला सड़क सी बन वाली वह लुक की बनवाई असी फिर साढ़े पंचायत रकबे कनैक्शन नहीं सी मोटर के लगने असी वो हूँ चलो कंप्लीट साढ़े दो मोटर लग गई है उस तो बाद सर शमशान घाट की चार दीवारी का साडा काम काफ़ी समय तो पेंडिंग पिया से वो करवाया तो अपने साइडा पर जिदा कॉर्नर पर शीशे लगवाए आ लाइटा लगवाइया आ सर होर जो मतलब कि हजे साढ़े सर छप्पड़ का काम थोड़ा पेंडिंग पिया आ असं चाहते सू ग्रांट मिल जाए असी वह भी क्लीयर कर लीए पहला रेट वह जी 18,000 कभी 8,000 किला हूँ वह 35-40 के गेड़ मोटर करके वह तरक्की हो गई है वो करके 40,000 किला तो ला मतलब तो नशा की असी जी बहुत तंग आ नशिया तो क्योंकि नशा साढ़े पिंड च ना साढ़े पिंड भुला साडा तो पिंड खखा नाल पिंड पैंदा वो जो नशा है ना इन्ना बढ़ चुका आ कि असी कह नहीं सकते जे किसी कहने वो मुंडे चार कट्ठे हो गए वो भी हथ पैर पढ़ सकते जो कह जाता जी है तो चाहिए जिम जी इतने बच्चे सारे बाहर जाते हैं जो मतलब पैसे दे के जिम की जाते हैं इतने पिंड सुविधा है ओके रोक लाइए इतने मुंडे जोड़े नशा लैन आते थे उन्होंने रोकते फिर जोड़े सेल करते सानू बुरा भला बोलते गंदा बोलते गाला कड़ते मतलब नुकसान पहुँचाने भी कोशिश करते आओ जी पंचायत ने गलबात करिए सत श्रीकाल मैडम की नाम मैम अपना परमिंदर कौर जी सब तो पहला पंजाबी दी आवाज़ चैनल विच तुहाडा बहुत बहुत स्वागत है तुसीं फर्स्ट टाइम सरपंच बने हो हाँ जी ते किद्दां लग रहा सरपंची लैके सरपंची लैके तो बहुत वधिया लग रहा है ते चलो साडे पिंड दा विकास भी काफी होया है ओके साडी सहमति सारे पिंड दे नाल भी बहुत साडा सहयोग रहा है तुहाडी पंचायत सहमति नाल बनी है या फिर इलैक्शन दौरान इलैक्शन होए सर किन्नीआं वोटां पईआं सी तुहानूं 300 सर 300 ਪੰਚਾਇਤ ਲੈਂਦੇ ਸਾਰੀ ਕਿਹੜਾ ਕੰਮ ਸ਼ੁਰੂ ਕੀਤਾ ਸੀਗਾ ਸਰ ਸਾਡੇ ਆਂਗਨਵਾੜੀ ਸਕੂਲ ਦੇ ਵਿੱਚ ਨਾ ਪਹਿਲੀ ਗੱਲ ਤਾਂ ਸੀਗੀ ਕਿ ਉੱਥੇ ਮੀਟਰ ਹੀ ਨਹੀਂ ਸੀ ਲੱਗਾ ਅੱਛਾ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਆ ਅਸੀਂ ਆਪਣੇ ਆਂਗਨਵਾੜੀ ਸਕੂਲ ਤੋਂ ਹੀ ਕੀਤੀ ਓਕੇ ਫਿਰ ਉਸ ਤੋਂ ਬਾਅਦ ਕਿਹੜੇ ਕਿਹੜੇ ਕੰਮ ਸ਼ੁਰੂ ਹੋਏ ਤੁਹਾਡੇ ਸਰ ਸਾਡੇ ਇੱਕ 40 ਸਾਲ ਪਹਿਲਾਂ ਸੜਕ ਸੀ ਬਣਨ ਵਾਲੀ ਉਹ ਲੁੱਕ ਦੀ ਬਣਵਾਈ ਅਸੀਂ ਫਿਰ ਸਾਡੇ ਪੰਚਾਇਤ ਰਕਵੇ ਦੇ ਵਿੱਚ ਕਨੈਕਸ਼ਨ ਨਹੀਂ ਸੀ ਮੋਟਰਾਂ ਦੇ ਲੱਗਿਓ ਅਸੀਂ ਉਹ ਹੁਣ ਚਲੋ ਕੰਪਲੀਟ ਸਾਡੇ ਦੋ ਮੋਟਰਾਂ ਲੱਗ ਗਈਆਂ ਆ ਉਸ ਤੋਂ ਬਾਅਦ ਸਰ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਦਾ ਸਾਡਾ ਕੰਮ ਕਾਫੀ ਸਮੇਂ ਤੋਂ ਪੈਂਡਿੰਗ ਪਿਆ ਸੀ ਉਹ ਕਰਵਾਇਆ ਤੇ ਆਪਣੇ ਸਾਈਡਾਂ ਤੇ ਜਿੱਦਾਂ ਕਾਰਨਰ ਤੇ ਸ਼ੀਸ਼ੇ ਲਗਵਾਏ ਆ ਤੇ ਲਾਈਟਾਂ ਲਗਵਾਈਆਂ ਆ ਤੇ ਸਰ ਹੋਰ ਜਿਹੜੇ ਮਤਲਬ ਕਿ ਹਜੇ ਸਾਡੇ ਸਰ ਛੱਪੜ ਦਾ ਕੰਮ ਥੋੜਾ ਪੈਂਡਿੰਗ ਪਿਆ ਆ ਅਸੀਂ ਚਾਹੁੰਦੇ ਸਾਨੂੰ ਗ੍ਰਾਂਟ ਮਿਲ ਜਾਏ ਤੇ ਅਸੀਂ ਉਹ ਵੀ ਕਲੀਅਰ ਕਰ ਲਈਏ ਤੇ ਦੂਜਾ ਸਰ ਸਾਡੇ ਆਪਣੇ ਜੰਜ ਘਰ ਦਾ ਵੀ ਕੰਮ ਸੀਗਾ ਸਾਨੂੰ ਪਹਿਲਾਂ ਸੰਗਤ ਸਿੰਘ ਜਦੋਂ ਸੀਗੇ ਉਦੋਂ ਸਾਨੂੰ ਉਹਦੇ ਵਿੱਚ ਸਾਨੂੰ ਗ੍ਰਾਂਟ ਮਿਲੀ ਸੀਗੀ ਤੇ ਚਲੋ ਥੋੜਾ ਕੰਮ ਉਹਦਾ ਹਜੇ ਵੀ ਰਹਿੰਦਾ ਹੁਣ ਸਾਨੂੰ ਦੁਬਾਰਾ ਗ੍ਰਾਂਟ ਪੈ ਗਈ ਆ ਤੇ ਹੁਣ ਸਰ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਚਲੋ ਕੰਮ ਉਹ ਵੀ ਕਲੀਅਰ ਹੋ ਜਾਵੇ ਠੀਕ ਹੈ ਜੀ ਤੇ ਸਾਡਾ ਆਪਣੇ ਬਾਲਮੀਕ ਧਰਮਸ਼ਾਲਾ ਦੇ ਵਿੱਚ ਵੀ ਕੰਮ ਸੀਗਾ ਥੋੜਾ ਰਹਿੰਦਾ ਸੀਗਾ ਤੇ ਉਹ ਵੀ ਸਾਰਾ ਅਸੀਂ ਹੁਣ ਕਲੀਅਰ ਕਰਵਾ ਦਿੱਤਾ ਓਕੇ ਮਤਲਬ ਕਾਫੀ ਜਿਹੜੇ ਕੰਮ ਤੁਹਾਡੀ ਪੰਚਾਇਤ ਦੇ ਵਿੱਚ ਹੋ ਚੁੱਕੇ ਹੋਏ ਆ ਤੇ ਮੈਮ ਪੈਂਡਿੰਗ ਕੰਮ ਤੁਹਾਡੇ ਕਿਹੜੇ ਕਿਹੜੇ ਰਹਿ ਚੁੱਕੇ ਹੋਏ ਆ ਕਿੰਨੀਆਂ ਗਲੀਆਂ ਤੁਹਾਡੀਆਂ ਰਹਿ ਗਈਆਂ ਵਾ ਤੇ ਕਿੰਨੇ ਤੁਹਾਡੇ ਜਿਹੜਾ ਤੁਸੀਂ ਛੱਪੜ ਦੱਸਿਆ ਵਾ ਇਸ ਤੋਂ ਇਲਾਵਾ ਕਿਹੜੇ ਕਿਹੜੇ ਪੈਂਡਿੰਗ ਕੰਮ ਤੁਹਾਡੇ ਪਏ ਸਰ ਤਕਰੀਬਨ ਸਾਡੀ ਗਲੀ ਦੇ ਇੱਕ ਦੀ ਸਾਨੂੰ ਹੋਰ ਗ੍ਰਾਂਟ ਮਿਲ ਚੁੱਕੀ ਆ ਗਿੱਦੜ ਪਿੰਡੀ ਵਾਲੀ ਦੀ ਤੇ ਦੂਸਰਾ ਸਾਡਾ ਸਰ ਇੱਕ ਦਾ ਸ਼ਮਸ਼ਾਨ ਘਾਟ ਦਾ ਕੰਮ ਥੋੜਾ ਅਧੂਰਾ ਰਹਿੰਦਾ ਹਜੇ ਤੇ ਇੱਕ ਆਪਣੇ ਸਰ ਰਹਿੰਦਾ ਸਾਡਾ ਛੱਪੜ ਦਾ ਕੰਮ ਸਾਨੂੰ ਜ਼ਰੂਰੀ ਚਾਹੀਦਾ ਆ ਅਸੀਂ ਉਹ ਕਰਵਾਉਣਾ ਚਾਹੁੰਦੇ ਮਤਲਬ ਮੇਨ ਛੱਪੜ ਆ ਤੁਹਾਡਾ ਹਣਾ ਟਾਰਗੇਟ ਹੀ ਛੱਪੜ ਆ ਜੀ 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 ਅੱਛਾ ਮੈਡਮ ਜਿਹੜੀਆਂ ਗਲੀਆਂ ਤੁਸੀਂ ਇਸ ਵੇਲੇ ਕਿੰਨੇ ਆ ਬਣਾਈਆਂ ਵਾ ਜਿਹੜੀ ਉੱਥੇ ਲਾਲ ਇੱਟ ਲੱਗੀ ਸੀ ਉਹਦਾ ਕੀ ਕੀਤਾ ਤੁਸੀਂ ਸਰ ਜਿਹੜੀ ਸਾਡੀ ਇੱਟਾਂ ਸੀਗੀਆਂ ਬਚਦੀਆਂ ਸੀਗੀਆਂ ਉਹ ਸਰ ਅਸੀਂ ਉਹਨੂੰ ਯੂਜ਼ਫੁਲ ਕੀਤਾ ਅਸੀਂ ਉਹ ਸਾਰੀ ਇੱਟ ਜਿਹੜੀ ਸੀ ਆਪਣੇ ਸ਼ਮਸ਼ਾਨ ਘਾਟ ਵਿੱਚ ਚਾਰ ਦੀਵਾਰੀ ਦੇ ਵਿੱਚ ਉਹਨੂੰ ਕਵਰ ਕੀਤਾ ਓਕੇ ਜਿਹੜਾ ਸ਼ਮਸ਼ਾਨ ਘਾਟ ਤੁਹਾਡਾ ਕਿੰਨੇ ਰਕਬੇ ਦੇ ਵਿੱਚ ਆ ਕਿੰਨੇ ਕਿ ਕਨਾਲ ਦੇ ਵਿੱਚ ਹੋਊਗਾ ਸਰ ਆਪਣੇ ਦੋ ਦੋ ਕਿੱਲੇ ਦੋ ਰਕਬੇ
ਦੋ ਕਨਾਲਾਂ ਦੇ ਵਿੱਚ ਤੁਹਾਡਾ ਮਤਲਬ ਕਿ ਉੱਥੇ ਕੁਛ ਹੋਰ ਵੀ ਬਣੇਗਾ ਜਾਂ ਫਿਰ ਮਤਲਬ ਕਿ ਸ਼ੈੱਡ ਹੀ ਬਣੇਗੀ? ਨਹੀਂ ਸਰ, ਸ਼ੈੱਡ ਤੋਂ ਇਲਾਵਾ ਅਸੀਂ ਉੱਥੇ ਇੱਕ ਵਾਟਰ ਸਪਲਾਈ ਵਾਲੇ ਨਾਲ ਸਰ ਨਾਲ ਗੱਲ ਕੀਤੀ ਆ, ਉੱਥੇ ਇੱਕ ਟੈਂਕੀ ਰਖਵਾਵਾਂਗੇ, ਟੂਟੀਆਂ ਵੀ ਲਗਵਾਉਣੀਆਂ ਆ, ਅਤੇ ਜੇ ਸਾਨੂੰ ਹੋਰ ਗ੍ਰਾਂਟ ਅੱਗੇ ਮਿਲ ਜਾਂਦੀ ਆ ਤਾਂ ਅਸੀਂ ਉੱਥੇ ਇੰਟਰਲੋਕ ਵੀ ਜ਼ਰੂਰ ਲਗਾਉਣਾ, ਇੰਟਰਲੋਕ ਬਣਾਉਣੀ ਮਤਲਬ ਪੂਰਾ ਪੱਕਾ ਹੀ ਕਰ ਦੇਣਾ। ਅੱਛਾ ਮੈਡਮ, 550 ਸਾਲਾਂ 'ਤੇ ਬੂਟਾ ਕਿੰਨਾ ਮਿਲਿਆ ਸੀ ਤੁਹਾਨੂੰ? ਸਰ ਸਾਨੂੰ, ਅਸੀਂ ਆਪਣੀ ਸਹਿਮਤੀ ਦੇ ਨਾਲ 250 ਬੂਟਾ ਲਿਆਂਦਾ ਸੀਗਾ, ਅਤੇ ਜਿਹਨਾਂ ਵਿੱਚੋਂ ਸਾਡੇ ਗਰਾਊਂਡ ਦੇ ਵਿੱਚ ਬੂਟੇ ਲੱਗੇ ਵੀ ਆ ਅਤੇ ਵੱਧ ਫੁੱਲ ਵੀ ਰਹੇ ਆ, ਤਾਂ ਉਹਨਾਂ ਨੂੰ ਪਾਣੀ ਵੀ ਪ੍ਰੋਪਰ ਜਾ ਰਿਹਾ। ਓਕੇ ਸਰ, ਆਪਣੀ ਗਲੀ ਸੀਗੀ ਸਕੂਲ ਦੇ ਪਿੱਛੇ, ਅਸੀਂ ਉਹ ਬਣਵਾਈ ਆ, ਸ਼ਮਸ਼ਾਨ ਘਾਟ ਦੇ ਵਿੱਚ ਵੀ ਸਰ ਆਪਣੇ ਨਰੇਗਾ ਦਾ ਕੰਮ ਚੱਲਿਆ। ਓਕੇ, ਅੱਛਾ ਮੈਡਮ, ਜਿਮ ਗਰਾਊਂਡ ਇਹਨਾਂ ਚੀਜ਼ਾਂ ਵੱਲ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਵਾ ਸਾਡੇ ਯੂਥ ਵਾਸਤੇ? ਸਰ ਆਪਣੇ ਜਿਮ ਤਾਂ ਪਿੰਡ ਦੇ ਵਿੱਚ ਨਹੀਂ ਹੈਗੀ, ਅਤੇ ਚਲੋ ਸਕੂਲ ਦੇ ਵਿੱਚ ਸਾਡੀ ਕਾਫੀ ਗਰਾਊਂਡ ਖੁੱਲ੍ਹੀ ਹੈਗੀ ਆ, ਉਹਦੇ ਵਿੱਚ ਬੱਚੇ ਸ਼ਾਮ ਨੂੰ ਜਾ ਕੇ ਤਾਂ ਫੁੱਟਬਾਲ ਵਗੈਰਾ ਖੇਡਦੇ, ਫੁੱਟਬਾਲ ਖੇਡਦੇ ਆ। ਮੈਂ ਦੇਖਿਆ ਹੈਗਾ ਇਸ ਵੇਲੇ ਗੇਟ ਲੱਗਾ ਹੋਇਆ ਸੀਗਾ, ਫਿਰ ਕੰਧਾਂ ਟੱਪ ਕੇ ਜਾਂਦੇ ਮੈਂ? ਨਹੀਂ ਸਰ, ਇਸ ਵੇਲੇ ਤਾਂ ਹੁਣ ਚਲੋ ਛੁੱਟੀ ਦਾ, ਛੁੱਟੀਆਂ ਬੱਚਿਆਂ ਦੇ ਪੇਪਰ ਪੈ ਰਹੇ ਆ, ਇਸ ਕਰਕੇ ਕਈ ਵਾਰੀ ਛੁੱਟੀ ਵੀ ਹੁੰਦੀ ਆ, ਅਤੇ ਚਲੋ ਚਾਬੀ ਜਿਸ ਬੱਚੇ ਕੋਲ ਹੁੰਦੀ ਆ ਉਹ ਸ਼ਾਮ ਨੂੰ ਜਾ ਕੇ ਉਹਨਾਂ ਕੋਲ ਚਾਬੀ ਲੈ ਕੇ ਗਰਾਊਂਡ ਦੇ ਵਿੱਚ ਬੱਚੇ ਖੇਡਦੇ। ਸਕੂਲਾਂ ਦੇ ਵਿੱਚ ਤੁਹਾਡਾ ਕਿੰਨਾ ਕੁ ਯੋਗਦਾਨ ਹੈਗਾ? ਸਕੂਲ ਆਪਣਾ ਹੈ ਕਿੰਨਵੀਂ ਤੱਕ, ਤਾਂ ਉੱਥੇ ਟੀਚਰ ਕਿੰਨੇ ਆ? ਸਰ ਆਪਣਾ 8ਵੀਂ ਤੱਕ ਸਕੂਲ ਹੈਗਾ ਅੱਜ, ਅਤੇ ਛੋਟਿਆਂ ਬੱਚਿਆਂ ਦਾ ਸਕੂਲ 5ਵੀਂ ਤੱਕ ਆ, ਵੱਡਾ ਸਕੂਲ ਸਾਡਾ ਹੈਗਾ ਜੀ 8ਵੀਂ ਤੱਕ ਆ, ਅਤੇ 3 ਮੇਰੇ ਖਿਆਲ ਆਪਣੇ ਹੈਗੇ ਆ ਵੱਡੇ ਸਕੂਲ ਦੇ ਵਿੱਚ, ਅਤੇ ਛੋਟੇ ਵਿੱਚ ਵੀ 2 ਹੈਗੇ ਆ ਮੈਡਮ ਹੈਗੇ, ਮਤਲਬ ਟੀਚਰਸ ਪੂਰੇ ਹੈਗੇ ਆ? ਹਾਂਜੀ ਹਾਂਜੀ ਸਰ। ਓਕੇ, ਅਤੇ ਸਕੂਲ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਇਆ ਤੁਸੀਂ, ਕੋਈ ਉੱਥੇ ਸ਼ੈੱਡ ਕਿਚਨ ਜਾਂ ਫਿਰ ਪੇਂਟ ਵਗੈਰਾ? ਹਾਂਜੀ ਹਾਂਜੀ ਸਰ, ਅਸੀਂ ਸਾਨੂੰ NRI ਵੀਰਾਂ ਨੇ ਕਾਫੀ ਹੈਲਪ ਕੀਤੀ ਆ, ਉਹਦੇ ਸਹੂਲਤ ਦੇ ਨਾਲ ਅਸੀਂ ਹੁਣ ਉੱਥੇ ਰੰਗ ਰੋਗਨ ਕਰਵਾਇਆ। ਕਿੰਨੇ ਕੁ NRI ਵੀਰ ਹੈਗੇ ਜਿਹੜੇ ਸਹਿਯੋਗ ਕਰਦੇ ਆ? ਸਰ 1-2 ਹੀ ਆ, ਜੇ ਹੋਰ ਸਾਨੂੰ ਸਪੋਰਟ ਕਰਨ ਤਾਂ ਹੋਰ ਕਾਫੀ ਲੈਵਲ ਤੱਕ ਅਸੀਂ ਉੱਪਰ ਜਾ ਸਕਦੇ। ਕੀ ਨਾਮ ਉਹਨਾਂ ਦਾ? ਹਰਜਿੰਦਰ ਸਿੰਘ ਜੀ। ਓਕੇ, ਦੂਸਰੇ? ਦੂਸਰੇ ਆਪਣੇ ਜੀ ਜੈਪੀ। ਜੈਪੀ, ਮਤਲਬ 2 ਵੀਰ ਹੈਗੇ ਜਿਹੜੇ ਸਹਿਯੋਗ ਵਧੀਆ ਕਰਦੇ ਆ। ਅੱਛਾ ਮੈਡਮ, ਇਸ ਓਕੇ ਅੱਛਾ ਮੈਡਮ, ਇਸ ਤੋਂ ਕੀ ਹੁਣ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੁਹਾਡੇ ਜਿਹੜੇ ਪਿੰਡ ਦਾ ਜਿਹੜਾ ਰਿਕਾਰਡ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ, ਇਹ ਕਿੱਦਾਂ ਦਾ ਰਿਹਾ ਵਾ? ਮਤਲਬ ਸ਼ੁਰੂ ਤੋਂ ਪਿੰਡ ਦੇ ਲੋਕਾਂ ਦਾ ਏਕਾ ਵਾ ਜਾਂ ਦੂਰੋਂ ਖੜ ਕੇ ਫਿਲਮ ਦੇਖਣ ਵਾਲੇ ਆ? ਚਲੋ ਕਹਿ ਸਕਦੇ ਕੁਛ ਪਰਸੈਂਟ। ਅੱਛਾ, ਕਦੀ ਏਦਾਂ ਦਾ ਟਾਈਮ ਆਇਆ ਤੁਸੀਂ ਜਦੋਂ ਕੋਈ ਕੰਮ ਸ਼ੁਰੂ ਕਰਦੇ ਆ ਤੇ ਕਿਸੇ ਨੇ ਵਿੱਚ ਅੜਿੱਕਾ ਪਾਇਆ ਹੋਵੇ? ਨਹੀਂ ਸਰ ਜੀ, ਇਸ ਗੱਲ ਦਾ ਕੋਈ ਹੈ ਹੀ ਨਹੀਂ, ਏਦਾਂ ਦਿੱਕਤ ਨਹੀਂ ਸਾਨੂੰ ਅਜੇ ਤੱਕ ਨਹੀਂ ਆਈ, 5 ਸਾਲ ਹੋ ਚੁੱਕੇ ਸਾਨੂੰ, ਸਾਨੂੰ ਏਦਾਂ ਦੀ ਕੋਈ ਪ੍ਰੋਬਲਮ ਆਈ ਨਹੀਂ ਕਿ ਸਾਡੇ ਕੰਮ ਦੇ ਵਿੱਚ ਕਿਸੇ ਨੇ ਕੋਈ 19-21 ਦਾ ਵੀ ਕੀਤਾ ਹੋ। ਓਕੇ ਓਕੇ, ਮਤਲਬ 19-21 ਵਾਲੇ ਵੀ ਨਹੀਂ ਹੈਗੇ? ਕੋਈ ਨਹੀਂ ਜੀ, ਕੋਈ ਨਹੀਂ। ਠੀਕ ਹੈ ਠੀਕ ਹੈ, ਸ਼ੁਕਰੀਆ ਜੀ। ਹੁਣ ਤੁਹਾਡੇ ਹਸਬੈਂਡ ਨਾਲ ਵੀ ਗੱਲਬਾਤ ਕਰੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਸਰ ਆਪਣਾ? ਠੀਕ ਹੈ ਕਿਰਪਾ ਜੀ। ਕੀ ਨਾਮ ਸਰ ਆਪਣਾ? ਮੇਰਾ ਨਾਮ ਜਗਦੀਸ਼ ਸਿੰਘ ਜੀ। ਜਗਦੀਸ਼ ਸਿੰਘ ਜੀ, ਹਾਂਜੀ। ਅੱਛਾ ਜਗਦੀਸ਼ ਸਿੰਘ ਜੀ, ਇਸ ਤੋਂ ਕਿ ਜਿਹੜੇ ਪਿੰਡ ਦੇ ਵਿੱਚ ਹੁਣ ਤੁਸੀਂ ਕੰਮ ਕਰਵਾਏ ਆ ਉਹਨੂੰ ਲੈ ਕੇ ਕਿੰਨੀ ਕੁ ਤਸੱਲੀ ਆ ਪਿੰਡ ਨੂੰ? ਪਿੰਡ ਵਾਲੇ ਤਕਰੀਬਨ ਕੁਛ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖ ਲਓ, ਤਕਰੀਬਨ ਪੂਰੀ ਪੂਰੀ ਤਸੱਲੀ ਹੋਣੀ ਚਾਹੀਦੀ ਹੈ ਜੀ ਪਿੰਡ ਨੂੰ। ਅੱਛਾ, ਜਿੱਦਾਂ ਹੁਣ ਤੁਸੀਂ ਜਿੱਦਾਂ ਮੈਮ ਨੇ ਦੱਸਿਆ ਵਾ ਕਿ ਕਾਫੀ ਕੁਝ ਪਿੰਡ ਦੇ ਵਿੱਚ ਕਰਵਾਇਆ ਗਿਆ ਆ। ਹਾਂਜੀ। ਅੱਛਾ, ਉਹ ਕਿੰਨਿਆਂ ਸਾਲਾਂ ਤੋਂ ਕੰਮ ਰੁਕੇ ਹੋਏ ਸੀ ਤੇ ਪੁਰਾਣੀਆਂ ਪੰਚਾਇਤਾਂ ਨੇ ਕਿੰਨਾ ਕੁ ਟਰਾਈ ਕੀਤਾ ਉਹਨੂੰ? ਉਹ ਜੀ ਪਹਿਲੀ ਪੰਚਾਇਤ ਸਾਡੇ ਸਰਦਾਰ ਮੋਹਨ ਸਿੰਘ ਸਰਪੰਚ ਹੋਏ ਆ, ਉਹ ਉਦੋਂ ਮੇਰੇ ਹਿਸਾਬ ਨਾਲ ਵੀ ਮੋਟਰਾਂ ਫਰੀ ਲੱਗਦੀਆਂ ਸੀ, ਪਰ ਉਹ ਹੌਲੀ ਹੌਲੀ ਰਹਿੰਦੇ ਰਹਿ ਗਏ। ਉਹ ਤੋਂ ਬਾਅਦ ਹੁਣ 30-ਕੁ ਸਾਲਾਂ ਬਾਅਦ ਅਸੀਂ 2 ਮੋਟਰਾਂ ਲਵਾਈਆਂ ਪੰਚਾਇਤ ਰਕਬੇ ਵਿੱਚ, ਜਿਹੜੀਆਂ ਕਿ ਹੁਣ ਦੋਨੇ ਹੀ ਚਾਲੂ ਹੋ ਗਈਆਂ। ਓਕੇ, ਹਾਂਜੀ। ਓਕੇ, ਅੱਛਾ ਸਰ, ਜਿਸ ਤਰ੍ਹਾਂ ਦੱਸਿਆ ਜਾ ਰਿਹਾ ਵਾ ਕਿ 2 ਮੋਟਰਾਂ ਲਵਾਈਆਂ ਗਈਆਂ, ਮੈਮ ਨੇ ਵੀ ਦੱਸਿਆ, ਤੁਸੀਂ ਵੀ ਦੱਸ ਰਹੇ ਹੋ, ਪਹਿਲੇ ਹਾਲਾਤ ਉਹਦੇ ਕਿੱਦਾਂ ਦੇ ਸੀਗੇ ਕਿ ਕਿੰਨਾ ਕੁ ਰੇਟ ਚੜ੍ਹਦਾ ਸੀਗਾ ਤੇ ਹੁਣ ਕਿੰਨਾ ਕੁ ਕਿੱਥੇ ਤੱਕ ਜਾਏਗਾ? ਪਹਿਲਾਂ ਰੇਟ ਉਹਦਾ ਜੀ 18,000 ਨੂੰ, ਕਦੀ 8,000 ਨੂੰ ਕਿੱਲਾ, ਹੁਣ ਉਹ 35-40 ਦੇ ਗੇੜ ਨੂੰ ਮੋਟਰਾਂ ਕਰਕੇ ਉਹਦਾ ਤਰੱਕੀ ਹੋ ਗਈ ਆ, ਉਹਦੇ ਕਰਕੇ ਉਹਦਾ 40,000 ਨੂੰ ਕਿੱਲਾ ਤੁਸੀਂ ਲਾ ਲਓ। ਮਤਲਬ ਕਿ ਫਸਟ ਟਾਈਮ 40,000 ਨੂੰ ਚੜੇਗੀ? ਹਾਂਜੀ, ਜਾਂ ਚੜ ਚੁੱਕੀ ਹੋਈ ਪਹਿਲਾਂ? ਪਹਿਲਾਂ 35,000 ਨੂੰ ਚੜੀ ਆ, ਹੁਣ ਗਾਂ 40 ਨੂੰ ਚੜ ਗਈ, ਚੜ ਜਾਏਗੀ। ਹਾਂਜੀ, ਮਤਲਬ ਕਿੰਨੀਆਂ ਕੁ ਉਮੀਦਾਂ ਹੈਗੀਆਂ ਇਸ ਚੀਜ਼ ਨੂੰ ਲੈ ਕੇ? ਜਿਹੜੇ ਜ਼ਮੀਨ ਵਾਹੁੰਦੇ ਉਹ ਪਿੰਡ ਦੇ ਲੋਕ ਹੀ ਆ? ਪਿੰਡ ਦੇ ਲੋਕ ਹੀ ਵਾਹੁੰਦੇ? ਪਿੰਡ ਦੇ ਲੋਕ ਹੀ ਵਾਹੁੰਦੇ ਆ। ਕਿ ਕਿੱਦਾਂ ਮਤਲਬ ਕਿ ਟਾਈਮ ਟੂ ਟਾਈਮ ਤੁਹਾਨੂੰ ਠੇਕਾ ਮਿਲ ਜਾਂਦਾ ਆ? ਉਹ ਗੌਰਮੈਂਟ ਨੂੰ ਉਹਨਾਂ ਨੇ ਐਡਵਾਂਸ ਦੇਣਾ ਹੁੰਦਾ, ਜਿਹੜੇ ਬੋਲੀ ਹੁੰਦੀ ਆ, ਚੌਥਾ ਹਿੱਸਾ ਪਹਿਲਾਂ ਜਮ੍ਹਾਂ ਕਰਾਉਣਾ ਪੈਂਦਾ, ਬਾਕੀ ਪੈਸੇ ਦੇ ਕੇ ਉਹਨਾਂ ਨੇ ਪੈਲੀ ਦੇ ਵਿੱਚ ਵੰਡਣਾ ਜੀ। 32% ਜਿਹੜਾ ਹੈਗਾ ਆ ਉਹ ਤੁਸੀਂ ਪੇ ਕਰਦੇ ਆ? ਹਾਂਜੀ ਹਾਂਜੀ, ਗੌਰਮੈਂਟ ਨੂੰ ਉਹਦਾ ਵਿੱਚੋਂ ਜਾਂਦਾ ਜੀ। ਓਕੇ, ਅੱਛਾ ਸਰ, ਲਾਸਟ ਤੁਹਾਡਾ ਟਾਰਗੇਟ ਕੀ ਆ, ਤੁਸੀਂ ਕੀ ਟਾਰਗੇਟ ਲੈ ਕੇ ਚੱਲੇ ਹੋਏ ਆ? ਟਾਰਗੇਟ ਸਾਡਾ ਇਹ, ਸਾਡਾ ਇੱਕ ਨਾ ਛੱਪੜ ਦਾ ਕੰਮ ਰਹਿੰਦਾ ਜੀ, ਜੇ ਉਹਦੀ ਗ੍ਰਾਂਟ ਪਾ ਦੇਣ ਤੇ ਅਸੀਂ ਉਹ ਵੀ ਕੰਪਲੀਟ ਕਰ ਦਈਏ,
ਤੇ ਇੱਕ ਹੁਣ ਜੰਝਘਰ ਦੀ ਗ੍ਰਾਂਟ ਪਾਈ ਆ ਸਾਨੂੰ, ਉਹ ਵੀ ਅਸੀਂ ਕੰਪਲੀਟ ਕਰਕੇ ਗੇਟ ਵਗੈਰਾ ਲਾ ਕੇ ਉਹ ਵੀ ਵਧੀਆ ਬਣਾ ਦੇਣਾ। ਓਕੇ ਅੱਛਾ ਸਰ, ਜੇ ਗੱਲ ਕਰੀਏ ਤੇ ਨਸ਼ਿਆਂ ਦੀ, ਕਿੰਨਾ ਕੁ ਆਪਣਾ ਇਹ ਜਿਹੜਾ ਇਲਾਕਾ ਜਿਹੜਾ ਹੈਗਾ ਆਪਣਾ ਪਿੰਡ ਜਿਹੜਾ ਹੈਗਾ ਕਿੰਨਾ ਕੁ ਬਚਿਆ ਹੋਇਆ ਇਸ ਚੀਜ਼ ਤੋਂ? ਨਸ਼ਿਆਂ ਦੇ ਅਸੀਂ ਜੀ ਬਹੁਤ ਤੰਗ ਆ ਨਸ਼ਿਆਂ ਤੋਂ, ਕਿਉਂਕਿ ਨਸ਼ਾ ਸਾਡੇ ਪਿੰਡ 'ਚ ਨਾ, ਸਾਡੇ ਪਿੰਡ ਨਾਲ ਘੁੱਲਾਂ, ਸਾਡਾ ਤਾਂ ਪਿੰਡ ਖੱਖਾਂ ਨਾਲ ਪਿੰਡ ਪੈਂਦਾ, ਉਹਦੇ ਵਿੱਚ ਜਿਹੜਾ ਨਸ਼ਾ ਆ ਨਾ ਇੰਨਾ ਵੱਧ ਚੁੱਕਾ ਆ ਕਿ ਅਸੀਂ ਕਹਿ ਨਹੀਂ ਸਕਦੇ। ਜੇ ਕਿਸੇ ਨੂੰ ਕਹਿੰਦੇ ਹਾਂ ਉਹ ਮੁੰਡੇ ਚਾਰ ਇਕੱਠੇ ਹੋ ਗਏ ਉਹਦੇ ਹੱਥ ਪੈਰ ਵੱਢ ਸਕਦੇ ਆ ਜਿਹੜਾ ਕਹਿਣ ਜਾਂਦਾ। ਓਕੇ ਉਮੀਦਾਂ ਕਿੰਨੀਆਂ ਨੇ? ਉਮੀਦਾਂ ਸਾਨੂੰ ਸਰਕਾਰ 'ਤੇ ਪੂਰੀਆਂ ਆ ਸਰ। ਹਾਂ ਸਾਨੂੰ, ਮੈਨੂੰ ਲੱਗਦਾ ਵੀ ਸਾਨੂੰ ਸ਼ਮਸ਼ਾਨਘਾਟ ਲਈ ਗ੍ਰਾਂਟ ਚਾਹੀਦੀ ਆ, ਉਹ ਵੀ ਅਸੀਂ ਸਾਡੇ MLA ਜਸਵੀਰ ਸਿੰਘ ਰਾਜਾ ਗਿੱਲ ਸਾਹਿਬ ਆ ਉਹਨਾਂ ਨੂੰ ਕਹਿ ਕੇ ਤਾਂ ਉਹ ਵੀ ਸ਼ਾਇਦ ਪਾ ਦੇਣ। ਮੰਗ ਕੀ ਰੱਖਣਾ ਚਾਹੁੰਦੇ ਤੁਸੀਂ? ਮੰਗ ਇਹੀ, ਇੱਕ ਸਾਡੀ ਛੱਪੜ ਦੀ ਮੰਗ ਆ ਵੀ ਉਹ ਸਹੀ ਹੋ ਜਾਵੇ, ਇੱਕ ਸਾਡੇ ਸ਼ਮਸ਼ਾਨ ਘਾਟ ਘੁੱਲਾਂ ਦੇ ਉਹ ਕੰਪਲੀਟ ਹੋਣੇ ਵਾਲੇ ਆ। ਠੀਕ ਹੈ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਆਓ ਜੀ ਕੁਛ ਯੰਗਸਟਰ ਨਾਲ ਵੀ ਗੱਲਬਾਤ ਕਰੀਏ, ਸ਼ੁਰੂਆਤ ਇੱਥੋਂ ਕਰਦੇ ਹਨ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਆਪਣਾ? ਮੇਰਾ ਨਾਮ ਮਨਜੀਤ ਸਿੰਘ। ਮਨਜੀਤ ਸਿੰਘ, ਮਨਜੀਤ ਸਿੰਘ ਜੀ, ਅੱਛਾ ਪਿੰਡ ਦੇ ਵਿੱਚ ਜਿੰਮ ਨਾ ਹੋਣ ਕਰਕੇ ਤੁਹਾਨੂੰ ਕਿੰਨੀਆਂ ਕੁ ਦਿੱਕਤਾਂ ਸਾਹਮਣਾ ਕਰਨਾ ਪੈਂਦਾ? ਜੀ ਹੈ ਤਾਂ ਚਾਹੀਦੀ ਉਦੋਂ ਜਿੰਮ, ਕਿਉਂਕਿ ਇੱਥੇ ਬੱਚੇ ਸਾਰੇ ਬਾਹਰ ਜਾਂਦੇ ਆ, ਜਿਹੜੀਆਂ ਮਤਲਬ ਪੈਸੇ ਦੇ ਕੇ ਜਿੰਮ ਕੀਤੀ ਜਾਂਦੀ ਆ ਨਾ ਉੱਥੇ ਜਾਂਦੇ ਆ, ਅਤੇ ਇੱਥੇ ਪਿੰਡ 'ਚ ਸੁਵਿਧਾ ਹੈ ਨਹੀਂ ਜੀ ਜਿੰਮ ਦੀ। ਹਾਂਜੀ। ਓਕੇ, ਜਦੋਂ ਸਾਡਾ ਯੰਗਸਟਰ ਜਿਹੜਾ ਹੈਗਾ ਵਾ ਪੈਸੇ ਖਰਚਣ ਲਈ ਸ਼ਹਿਰ ਜਾਂਦਾ ਵਾ ਤਾਂ ਰਸਤੇ ਦੇ ਵਿੱਚ ਕਦੀ ਦਿੱਕਤਾਂ ਵੀ ਆਉਂਦੀਆਂ ਆ ਕਿ ਕੋਈ ਲੁੱਟ ਖੋਹ ਹੋ ਗਈ ਜਾਂ ਫਿਰ ਕੋਈ ਦਿੱਕਤ? ਇੱਥੇ ਝਾਂਸਾਂ ਲੱਗੇ ਹੈਗਾ ਜੀ, ਉੱਥੇ ਪੁਲਿਸ ਸੀਗੀ, ਉੱਥੇ ਮਤਲਬ ਪੈਂਦੇ ਸੀਗੇ ਬੰਦੇ ਪਹਿਲਾਂ, ਹੁਣ ਤਾਂ ਨਹੀਂ, ਹੋਰ ਕੋਈ ਵਾਰਦਾਤ ਹੋਈ? ਹੁਣ ਨਹੀਂ ਵਾਰਦਾਤ ਹੋਈ। ਅੱਛਾ ਸਰ, ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਆ ਕਿ ਯੂਥ ਜਿਹੜਾ ਹੈਗਾ ਆ ਉਹ ਸਾਡੇ ਦੇਸ਼ ਦੀ, ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਆ, ਤੁਹਾਨੂੰ ਕੀ ਲੱਗਦਾ ਵਾ ਕਿ ਉਹਨਾਂ ਵੱਲ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਵਾ ਆਪਣੇ ਪੰਜਾਬ ਸਰਕਾਰ ਵੱਲੋਂ? ਇਹਦਾ ਤੁਸੀਂ ਕੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਸਾਡੇ ਯੂਥ ਨੂੰ ਕਿੰਨੀ ਕੁ ਪ੍ਰੈਫਰੈਂਸ ਦੇ ਰਹੀ ਆ? ਜੀ ਉਹ ਤਾਂ 50-50% ਕਹਿ ਸਕਦੇ। 50-50% ਮਤਲਬ ਕਿ ਜੇ ਦਵੇ ਤਾਂ ਪੂਰਾ 100% ਦਵੇ, ਅਦਰਵਾਈਜ਼ 50% ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਚੱਲੀ ਜਾਂਦਾ ਕੰਮ ਤਾਂ। 50% ਹੀ ਦੇ ਰਹੇ ਆ ਜ਼ਿਆਦਾ। 50% ਦੀ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਇਸ ਚੀਜ਼ 'ਤੇ, ਤੁਹਾਡਾ ਕੀ ਪੁਆਇੰਟ ਆਫ ਵਿਊ ਹੈਗਾ ਆ, ਸਰਕਾਰ ਜਿਹੜੀ ਹੈਗੀ ਆ ਕਿੰਨਾ ਕੁ ਆਪਣੇ ਯੰਗਸਟਰ 'ਤੇ ਧਿਆਨ ਦੇ ਰਹੀ ਆ? ਨਹੀਂ ਦਿੰਦੀ। ਅੱਛਾ ਸਰ, ਜਿਸ ਤਰ੍ਹਾਂ ਦੱਸਿਆ ਜਾਂਦਾ ਵਾ ਕਿ ਨਸ਼ਾ ਜਿਹੜਾ ਹੈਗਾ ਹੱਦੋਂ ਵੱਧ ਗਿਆ ਆ, ਹੈ ਨਾ, ਤੁਸੀਂ ਸਰ ਕਦੀ ਇਸ ਚੀਜ਼ 'ਤੇ ਮਤਲਬ ਕਿ ਗੱਲ ਵਾਚ ਚੱਕੀ ਸੀ? ਹਾਂਜੀ, ਰੋਕ ਲਾਈਏ, ਇੱਥੇ ਮੁੰਡੇ ਜਿਹੜੇ ਨਸ਼ਾ ਲੈਣ ਆਉਂਦੇ ਸੀ ਉਹਨਾਂ ਨੂੰ ਰੋਕਦੇ, ਫਿਰ ਜਿਹੜੇ ਸੇਲ ਕਰਦੇ ਆ ਉਹ ਸਾਨੂੰ ਬੁਰਾ ਭੋਲਾ ਬੋਲਦੇ, ਗੰਦਾ ਬੋਲਦੇ, ਗਾਲਾਂ ਕੱਢਦੇ, ਮਤਲਬ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਦੇ ਇਹ। ਓਕੇ, ਅਤੇ ਕਦੀ ਤੁਸੀਂ ਮਤਲਬ ਕਿ ਪਿੱਛੇ ਹਟੇ ਜਾਂ ਫਿਰ ਮਤਲਬ ਡੱਟ ਕੇ ਹਾਲੇ ਵੀ ਲੱਗੇ ਹੋਏ ਆ? ਨਹੀਂ, ਸਾਡੇ ਅਸੀਂ ਤਾਂ ਵੀਡੀਓ ਬਣਾਈ ਦੀ, ਅਸੀਂ ਜਿਹੜੇ ਆਉਂਦੇ ਆ। ਤੁਸੀਂ ਸਰ ਵੀਡੀਓ ਜਾਰੀ ਕਰ ਸਕਦੇ ਹੈਗੀ ਮੇਰੇ ਕੋਲ, ਪਰ ਉਹ ਕਿਸੇ ਦਾ ਨਾਂ ਨਹੀਂ ਲੈਣ ਦੇਣਾ ਜਿਹੜੇ ਪੀਣ ਆਉਂਦੇ, ਉਹ ਵੀ ਜਿਹੜੇ ਵੇਚਦੇ ਆ ਉਹਨਾਂ ਦੀ ਤੁਸੀਂ ਵੀਡੀਓ ਜਾਰੀ ਕਰ ਸਕਦੇ? ਨਹੀਂ ਜੀ, ਉਹਨਾਂ ਦੀ ਨਹੀਂ। ਨਹੀਂ, ਅੱਛਾ ਉਹਨਾਂ ਦੀ ਨਹੀਂ ਗੀ, ਜਿਹੜੇ ਖਰੀਦਣ ਆਉਂਦੇ ਸੀ ਉਹ ਅਸੀਂ ਰੋਕੇ ਸੀ, ਸਾਡੇ ਪਿੰਡ ਨਹੀਂ ਆਉਣਾ। ਉਹ ਫਿਰ ਜਿਹੜੇ ਸੇਲ ਕਰਦੇ ਆ ਉਹ ਬੋਲਦੇ ਸੀ। ਓਕੇ, ਅੱਛਾ ਸਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਸ਼ਾ ਜਿਹੜੇ ਕਰਦੇ ਆ, ਜਿਹੜੇ ਵੇਚਦੇ ਆ, ਉਹ ਸਾਡੇ ਆਪਣੇ ਲੋਕਲ ਦੇ ਹੀ ਆ ਜਾਂ ਫਿਰ ਮਤਲਬ ਕਿ ਦੂਰੋਂ ਪਿੰਡਾਂ ਤੋਂ ਆਉਂਦੇ ਆ? ਨਹੀਂ, ਲੋਕਲ ਹੀ ਹੈ ਜੀ। ਲੋਕਲ ਦੇ ਹੀ ਹੈ, ਅਤੇ ਕਦੀ ਕਿਸੇ ਲੇਡੀਜ਼ ਨੂੰ ਵੀ ਨੁਕਸਾਨ ਹੋਇਆ ਇਸ ਚੀਜ਼ ਦਾ ਜਾਂ ਪਰਿਵਾਰ ਹੀ ਉਜੜੇ ਜਾਂਦੇ ਸਿੱਧੇ? ਪਰਿਵਾਰ ਹੀ ਉਜੜਦੇ, ਮਰ ਜਾਂਦੇ ਮੁੰਡੇ, ਜਵਾਨ ਮੁੰਡੇ ਮਰ ਜਾਂਦੇ ਟੀਕੇ, ਮਤਲਬ ਟੀਕੇ ਵਗੈਰਾ ਲਗਾਉਂਦੇ ਮੁੰਡੇ। ਹਾਂਜੀ। ਓਕੇ, ਅੱਛਾ ਸਰ ਕਦੀ ਇਸ ਚੀਜ਼ ਵੱਲ ਪੰਚਾਇਤਾਂ ਨੇ ਧਿਆਨ ਦਿੱਤਾ, ਪਿੰਡ ਦੀਆਂ ਨੇ ਦਿੱਤਾ? ਇਹ ਉਹ ਸਰਕਾਰ ਨੇ ਨਹੀਂ ਦਿੱਤਾ ਧਿਆਨ, ਪਿੰਡ ਵਾਲੀ ਪੰਚਾਇਤਾਂ ਤੋਂ ਦੋ ਪਿੰਡ ਸਾਡੇ ਖੱਖਾਂ ਘੁੱਲ ਪੈਂਦੇ, ਫੜੇ ਵੀ ਸੀਗੇ ਅਸੀਂ, ਪਰ ਉਹ ਮਤਲਬ ਝੂਠ ਹੀ ਬੋਲ ਕੇ ਕਹਿੰਦੇ ਅਸੀਂ ਤਾਂ ਇੰਸ਼ੋਰੈਂਸ ਕਾਹਦਾ ਕਰ ਰਹੇ ਹਾਂ, ਇੰਸ਼ੋਰੈਂਸ ਕਰਵਾਏ ਆ ਅਸੀਂ ਤਾਂ ਖੇਤਾਂ 'ਚ, ਇੰਸ਼ੋਰੈਂਸ ਕਰਦੇ ਹਾਂ ਅਸੀਂ ਖੇਤਾਂ ਵਿੱਚ, ਪਰ ਤੂੰ ਆਏ ਕਹਿੰਦੇ ਅਸੀਂ ਇੰਸ਼ੋਰੈਂਸ ਕਰਦੇ ਹਾਂ ਅਤੇ ਖੇਤਾਂ 'ਚ ਇੰਸ਼ੋਰੈਂਸ ਕਰਨ ਆਏ ਸੀਗੇ। ਅੱਛਾ, ਫਿਰ ਮੁੜ ਕੇ ਉਹਨਾਂ ਨੂੰ ਅਸੀਂ ਭਜਾ ਕੇ ਮੁੜ ਕੇ ਨਹੀਂ ਦੇਖਣੇ ਚਾਹੀਦੇ, ਮਤਲਬ ਦੁਬਾਰਾ ਆਏ ਨਹੀਂ? ਫਿਰ ਦੁਬਾਰਾ ਵੀ ਮਤਲਬ ਪਿੰਡ ਦੇ ਵੀ ਵਿੱਚ ਜਿਹੜੇ ਖਾਂਦੇ ਪੀਂਦੇ ਨਾਲ ਰਲੇ ਹੋਏ ਆ। ਓਕੇ ਓਕੇ, ਚਲੋ ਨਾਂ ਨਹੀਂ ਲੈ ਸਕਦੇ ਆਪਾਂ, ਹੈ ਨਾ। ਅੱਛਾ ਸਰ, ਜਿਸ ਤਰ੍ਹਾਂ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਵਾ ਕਿ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਆ ਕਿੰਨੇ ਕੁ ਖਰੇ ਉਤਰ ਪਾ ਰਹੀ ਆ? ਪਹਿਲਾਂ ਤਾਂ ਵਾਅਦਾ ਇਹੋ ਸੀ ਵੀ ਨਸ਼ਾ ਮੁਕਤ ਹੋਊਗਾ, ਸਾਡਾ ਪਿੰਡ ਨਹੀਂ ਹੋਇਆ, ਸਾਡੇ ਪਿੰਡ ਵਿਕਦਾ ਰਹਿੰਦਾ, ਹਾਲੇ ਵੀ ਵਿਕਦਾ। ਓਕੇ, ਜਿਹੜੀ ਤੁਹਾਡੇ ਪਿੰਡ ਦੀ ਪੰਚਾਇਤ ਹੈਗੀ ਆ ਉਹ ਕਿੰਨਾ ਕੁ ਯੋਗਦਾਨ ਕਰਦੀ ਆ ਇਸ ਚੀਜ਼ ਨੂੰ ਰੋਕਣ ਲਈ? ਨਸ਼ਾ ਰੋਕਣ ਲਈ ਤੁਹਾਨੂੰ ਦੱਸੀ ਤਾਂ ਜਾਂਦੇ ਆ, ਹੁਸ਼ਿਆਰਪੁਰ ਤੱਕ ਵੀ ਦੋ ਪਿੰਡ ਆ ਖੱਖਾਂ ਘੁੱਲਾਂ ਜੁਆਇੰਟ ਆ, ਇਹ ਹੁਸ਼ਿਆਰਪੁਰ ਟਾਂਡੇ ਨੇ ਲਿਖਤੀ 'ਚ ਦਿੱਤਾ,
ਪਰ ਕੋਈ ਐਕਸ਼ਨ ਨਹੀਂ ਹੋਇਆ। ਕੋਈ ਐਕਸ਼ਨ ਨਹੀਂ ਹੋਇਆ, ਤੁਸੀਂ ਮੰਗ ਕੀ ਰੱਖਣਾ ਚਾਹੁੰਦੇ ਆ? ਅਸੀਂ ਤੇ ਇਹੀ ਕਹਿੰਦੇ ਆ ਵੀ ਉਹ ਨਵੇਂ ਮੁੰਡੇ ਜੋ ਵੀ ਜਵਾਨ ਆਉਂਦੇ ਉਹ ਬਚ ਜਾਣ ਨਸ਼ੇ ਤੋਂ, ਤੇ ਇਹ ਨਸ਼ਾ ਬੰਦ ਕੀਤਾ ਜਾਵੇ ਸਾਡੇ ਪਿੰਡ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਅੱਛਾ ਸਰ, ਤੁਸੀਂ ਨਰੇਗਾ ਦੇ ਵਿੱਚ ਜੋਬ ਕਰਦੇ ਆ, ਤੁਸੀਂ ਮੇਡ ਦੀ ਜੋਬ ਕਰਦੇ ਨਾ? ਕਿੰਨੇ ਜੋਬ ਕਾਰਡ ਹੈਗੇ ਆ ਪਿੰਡ ਦੇ ਤੁਹਾਡੇ? ਪੰਜਾਹ ਸੱਠ। ਕੰਮ ਕਰਨ ਵਾਲੇ ਕਿੰਨੇ ਆ ਜੀ? ਕੰਮ ਤਕਰੀਬਨ ਸਾਰੇ ਕਰਦੇ ਆ। ਸਾਰੇ ਕਰਦੇ ਆ। ਕਦੀ ਅੱਜ ਤੱਕ ਕਿਸੇ ਨੇ ਆਏ ਹਾਜ਼ਰੀ ਲੱਗੀ? ਕਦੀ ਕਿਸੇ ਨੇ ਕਿਹਾ ਹੋਵੇ ਜੀ ਅੱਜ ਮੈਂ ਕੰਮ ਤੇ ਨਹੀਂ ਆਉਣਾ ਪਰ ਹਾਜ਼ਰੀ ਲਾ ਦੀ? ਹੈਂ, ਸਾਰਿਆਂ ਲਈ, ਸਾਡੇ ਲਈ ਸਾਰੇ ਇੱਕੋ ਜਿਹੇ। ਸਾਰੇ ਇੱਕੋ ਜਿਹੇ ਆ। ਮੈਂ ਦੇਖਿਆ ਜਾਵੇ ਤੇ ਮੈਂ ਸਾਰੇ ਪਿੰਡਾਂ 'ਚ ਇਹੀ ਚੀਜ਼ ਸੁਣਦਾ ਕਿ ਸਾਰੇ ਇੱਕੋ ਜਿਹੇ ਆ, ਪਰ ਕਿਤੇ ਨਾ ਕਿਤੇ ਨਹੀਂ। ਅਸੀਂ ਇੱਦਾਂ ਕਰਾਂਗੇ ਤੇ ਫਿਰ ਦੂਸਰੇ ਦਾ ਹੱਕ ਮਾਰ ਕੇ ਉਹਨੂੰ ਦੇ ਰਹੇ ਆ ਨਾ। ਇਸ ਕਰਕੇ ਮੇਰੇ ਲਈ ਸਾਰੇ ਇੱਕੋ ਹੀ ਆ, ਸਾਰੇ ਇੱਕੋ ਜਿਹੇ, ਮਾਂ ਆ ਚਾਹੇ ਭਰਾ। ਓਕੇ ਓਕੇ, ਮਤਲਬ ਕਿ ਪੂਰਾ ਬਰਾਬਰ ਚੱਲਦਾ ਪਿਆ, ਪ੍ਰੋਪਰਲੀ ਹੈ, ਇਕੁਅਲ ਚੱਲਦਾ, ਕਿਸੇ ਨੂੰ ਥੋੜਾ ਨਹੀਂ, ਕਿਸੇ ਨੂੰ ਜ਼ਿਆਦਾ ਨਹੀਂ। ਜਿਹੜਾ ਆਊ ਉਹਦੀ ਪੀ ਹੋਊਗੀ। ਅੱਛਾ, ਘਰ ਬੈਠੇ ਨੇ। ਅੱਛਾ, ਮਤਲਬ ਕਿ ਘਰੇ ਬੈਠੇ ਨੂੰ ਹੀ ਉਹਨੂੰ ਦਿਹਾੜੀ ਨਹੀਂ ਮਿਲੂਗੀ, ਕੰਮ ਤੇ ਆਉਣਾ ਪਊਗਾ। ਓਕੇ, ਅੱਛਾ ਸਰ, ਜਿਹੜੇ ਇੱਦਾਂ ਕਰਦੇ ਆ ਉਹਨਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਆ? ਜਿਹੜੇ ਕੰਮ ਤੇ ਨਹੀਂ ਹੁੰਦੇ, ਹਾਂ, ਉਹਨਾਂ ਨੂੰ ਇਹ ਕਹੀਦਾ ਵੀ ਤੁਸੀਂ ਆਪਣਾ ਨਾਂ ਕਾਹਤੋਂ ਪਵਾਉਂਦੇ ਦੂਸਰੇ ਨੂੰ ਮੌਕਾ ਦਿਓ, ਇੱਦਾਂ ਵੀ ਨਾਂ ਵੇਸਟ ਜਾਂਦਾ ਵਿੱਚ, ਜਾਂ ਇੱਕ ਦੋ ਨਹੀਂ ਆਉਂਦੇ। ਜਿਹੜੇ ਨਹੀਂ ਵਿਚਾਰੇ ਆਉਣਾ ਚਾਹੁੰਦੇ ਉਹਨਾਂ ਨੂੰ ਮੌਕਾ ਦਿਓ। ਓਕੇ, ਅੱਛਾ ਸਰ, ਜਿਸ ਤਰ੍ਹਾਂ ਇਹ ਦੱਸਿਆ ਜਾਂਦਾ ਕਿ ਤੁਸੀਂ ਨਾਲ ਦੇ ਪਿੰਡ ਹੋ, ਹੈਨਾ? ਹਾਂਜੀ। ਪਿੰਡ, ਤੁਹਾਡੇ ਪਿੰਡ ਦਾ ਨਾਮ ਕੀ ਹੈ? ਖੱਖਾਂ ਜੀ। ਖੱਖਾਂ, ਤੁਹਾਡੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਭਾਈ ਨੇ ਦੱਸਿਆ ਕਿ ਨਸ਼ਾ ਜਿਹੜਾ ਹੈਗਾ ਆ ਕਾਫੀ ਜ਼ੋਰਾਂ ਸ਼ੋਰਾਂ 'ਤੇ ਚੱਲਦਾ ਆ, ਕੀ ਤੁਸੀਂ ਵੀ ਕਦੀ ਇਸ ਚੀਜ਼ 'ਤੇ ਵਿਰੋਧ ਕੀਤਾ? ਵਿਰੋਧ ਕੀਤਾ ਜੀ, ਸਾਡੀ ਮਾਂ ਹਾਲੇ ਵੀ ਜ਼ਖਮੀ ਪਈ ਹੈ। ਅੱਛਾ, ਘਰ ਆ ਕੇ ਕੁੱਟ ਦਿੱਤਾ, ਕਹਿੰਦੇ ਤੁਸੀਂ ਕੌਣ ਹੁੰਦੇ, ਸਾਡਾ ਤਾਂ ਪੁਲਿਸ ਨਹੀਂ ਕੁਛ ਵਿਗਾੜ ਦਿੰਦੀ, ਤੁਸੀਂ ਕਿੱਦਾਂ ਕਹਿਤਾ? ਮਤਲਬ ਇਹ ਚੀਜ਼ ਉਹਨਾਂ ਦਾ ਕਹਿਣਾ ਆ, ਉਹਨਾਂ ਦਾ ਜਿਹੜਾ ਇਹ ਡਰਦੇ ਨਹੀਂ, ਬਿਲਕੁਲ ਡਰਦੇ ਨਹੀਂ ਗੇ। ਮਤਲਬ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਵੀ ਇਨਵੋਲਵ ਹੈਗੀਆਂ ਵਾ ਤਾਂ ਇਹ ਕੰਮ ਹੋ ਰਿਹਾ ਵਾ, ਜਾਂ ਫਿਰ ਜਿਹੜਾ ਯੂਥ ਹੈਗਾ ਵਾ ਉਹ ਇਹਨਾਂ ਦਾ ਹੌਸਲਾ ਬੁਲੰਦਾ? ਹੌਸਲਾ ਬੁਲੰਦਾ, ਸਰਕਾਰ ਦਾ ਤਾਂ ਇੱਥੇ ਇੰਨਾ ਨਹੀਂ ਯੋਗਦਾਨ, ਉਹ ਕਿਹੜਾ ਲਿਆ ਕੇ ਦਿੰਦੀ। ਇਹਨਾਂ ਦੇ ਹੌਸਲੇ ਵੱਧ ਗਏ ਵੀ ਅਸੀਂ ਛੋਟਾ ਜਿਹਾ ਮਹੀਨੇ ਕੁ ਬਾਅਦ ਜਮਾਨਤ ਕਰਾ ਦੇ। ਮਤਲਬ ਉਹ ਇਹਦਾ ਸਾਰਾ ਪਰਿਵਾਰ ਹੋ ਗਿਆ ਕੀ ਜਾਂਦੇ ਆ, ਆ ਜਾਂਦੇ ਜਾਂਦੇ, ਪੁਲਿਸ 'ਚ ਹੀ ਆ। ਅੱਛਾ ਸਰ, ਜਿਸ ਤਰ੍ਹਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਪੇਰੈਂਟਸ ਦੀ ਵੀ ਗਲਤੀ ਹੈਗੀ ਹੈ, ਜਦੋਂ ਬੱਚੇ ਫੜੇ ਜਾਂਦੇ ਆ ਪਿੱਛੇ ਪੇਰੈਂਟਸ ਛਡਾਉਣ ਚੱਲ ਜਾਂਦੇ ਆ? ਬਿਲਕੁਲ ਜੀ, ਜਦੋਂ ਮੈਂ ਹੁਣ ਕੰਮ ਨਹੀਂ ਕਰ ਰਿਹਾ ਕੋਈ, ਸ਼ਾਮਾਂ ਨੂੰ ਮੈਂ 10,000 ਰੁਪਇਆ ਘਰ ਲਿਜਾਣਾ ਤਾਂ ਮੇਰੇ ਪੇਰੈਂਟਸ ਨੇ ਪੁੱਛਣਾ ਨਹੀਂ ਮੈਨੂੰ, ਤੂੰ ਕੰਮ 'ਤੇ ਤਾਂ ਗਿਆ ਨਹੀਂ, ਪੈਸੇ ਕਿੱਥੋਂ ਆਏ ਤੇਰੇ ਕੋਲ? ਬਿਲਕੁਲ, ਇੱਥੇ ਤੁਸੀਂ ਕੀ ਟਿੱਪਣੀ ਦੇਣਾ ਚਾਹੁੰਦੇ ਆ ਕਿ ਉਹਨਾਂ ਜਿਹੜੇ ਪੇਰੈਂਟਸ ਹੈਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਉਹਨੇ ਵੀ ਉਹੀ ਗੁਨਾਹਗਾਰ ਆ ਜਿਹੜੇ ਖਰਚਦੇ ਉਹਨਾਂ ਦੀ ਕਮਾਈ ਇਹ। ਹੁਣ ਮੈਂ ਨਸ਼ਾ ਵੇਚ ਕੇ ਦੂਸਰੇ ਦੇ ਪੁੱਤ ਨੂੰ ਮਾਰਨ ਡਿਆ, ਕੱਲ੍ਹ ਨੂੰ ਮੇਰੇ ਘਰ ਵੀ ਆ ਸਕਦਾ ਹੈ। ਬਿਲਕੁਲ, ਮੇਰੇ ਬੱਚੇ ਆ, ਹੁਣ ਸਾਡੀਆਂ ਧੀਆਂ ਭੈਣਾਂ ਦੇ ਵਿਆਹ ਹੋਣੇ, ਇੱਥੇ ਲੋਕ ਕਰਦੇ ਨੀ, ਕਹਿੰਦੇ ਭੈਣ ਉਹਦਾ ਨਸ਼ੇ ਦਾ ਗਾੜਿਆ। ਮਤਲਬ ਜਿਸ ਤਰ੍ਹਾਂ ਚੱਲ ਰਿਹਾ ਆ, ਤੁਹਾਨੂੰ ਲੱਗਦਾ ਵਾ ਕਿ ਜਿਹੜਾ ਸਾਡਾ ਯੂਥ ਆ, ਜਿਹੜਾ ਪੰਜਾਬ ਸਾਡਾ ਖਾਲੀ ਹੋ ਰਿਹਾ, ਬਾਹਰਲੀ ਕੰਟਰੀਆਂ ਵਿੱਚ ਜਾ ਕੇ ਵੱਸ ਰਿਹਾ, ਉਹ ਕਿਤੇ ਕਿਤੇ ਇਸੇ ਕਰਕੇ ਵੀ ਰੀਜ਼ਨ ਹੀ ਇਹ ਆ, ਇੱਕ ਬੇਰੁਜ਼ਗਾਰੀ, ਦੂਸਰਾ ਨਸ਼ਾ। ਬੇਰੁਜ਼ਗਾਰੀ ਆਦਮੀ ਕੱਟ ਲਊਗਾ, ਨਸ਼ਾ ਜਿੱਦਾਂ ਲੱਗ ਜਾਂਦਾ ਨਾ ਤਾਂ ਫਿਰ ਤਾਂ ਘਰਾਂ ਦੇ ਘਰਾਂ ਤਬਾਹ ਹੋ ਜਾਂਦੇ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ। ਅੱਛਾ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਚੀਜ਼ 'ਤੇ? ਅਸੀਂ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨਸ਼ੇ ਨੂੰ ਨੱਥ ਪਾਈ ਜਾਵੇ, ਅਤੇ ਆਉਣ ਵਾਲੇ ਜੋ ਵੀ ਜੰਗ ਆ ਮੁੰਡੇ ਇਸ ਚੀਜ਼ਾਂ ਤੋਂ ਬਚੇ ਜਾਣ, ਕਿਉਂਕਿ ਘੱਟ ਤੋਂ ਘੱਟ ਸਾਡੀ ਇਸ ਦੇ ਸਾਰੇ ਬਰਬਾਦ ਹੋਏ ਪਏ ਆ ਸਾਡੇ ਪਿੰਡ ਦੇ ਵਿੱਚ, ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਬਚ ਸਕੇ ਇਸ ਚੀਜ਼ ਤੋਂ। ਓਕੇ, ਅੱਛਾ ਸਰ, ਜਿਸ ਤਰ੍ਹਾਂ ਮੈਂ ਦੇਖਦਾ ਵਾਂ ਕਾਫੀ ਪਿੰਡਾਂ ਵਿੱਚ ਕੈਂਪ ਵੀ ਲਗਾਏ ਜਾਂਦੇ, ਤੁਹਾਨੂੰ ਲੱਗਦਾ ਵਾ ਕਿਤੇ ਨਾ ਕਿਤੇ ਨਸ਼ਿਆਂ ਨੂੰ ਰੋਕਣ ਦੇ ਵਿੱਚ ਜਿਹੜੇ ਕੈਂਪਾਂ ਦਾ ਵੀ ਯੋਗਦਾਨ ਹੈਗਾ ਆ, ਜਾਂ ਫਿਰ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਆ? ਜਿਹੜੇ ਮੰਨ ਲਓ ਤੁਸੀਂ ਅਸੀਂ ਇਹ ਦੇਖਦੇ ਜਿਹੜੇ ਨਸ਼ਾ ਛਡਾਓ ਕੇਂਦਰ ਬਣਾਏ ਹੋਏ ਆ, ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਨੱਥ ਨਹੀਂ ਪਾਈ ਜਾਂਦੀ ਹੈਗੀ, ਸਿਰਫ ਇੱਕ ਘਰਦਿਆਂ ਤੋਂ ਪੈਸੇ ਵੀ ਲਿੱਤੇ ਜਾਂਦੇ ਆ, ਅਤੇ ਉੱਥੇ ਜਾ ਕੇ ਸਾਰਾ ਕੁਛ ਆਪਣਾ, ਉਹਨਾਂ ਨੇ ਆਪਣਾ ਕਮਾਈ ਦਾ ਸਾਧਨ ਬਣਾਇਆ, ਪਰ ਬੰਦਾ ਇੱਕ ਮਹੀਨਾ ਲਾਇਆ ਹੋਵੇ, 2 ਮਹੀਨੇ ਲਾਇਆ ਹੋਵੇ, 6 ਮਹੀਨੇ ਲਾਇਆ ਹੋਵੇ, ਪਰ ਆਣ ਕੇ ਫਿਰ ਉਹੀ ਕੰਮ ਹੀ ਕਰਦਾ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਓਕੇ, ਤੁਸੀਂ ਕੀ ਡਿਮਾਂਡ ਰੱਖਣਾ ਚਾਹੁੰਦੇ ਇਸ ਚੀਜ਼ ਨੂੰ ਲੈ ਕੇ? ਅਸੀਂ ਤਾਂ ਜੀ ਸਾਰਿਆਂ ਤੋਂ ਪਹਿਲਾਂ ਇਹੀ ਕਹਿੰਦੇ ਹਾਂ ਵੀ ਇਹ ਸਰਕਾਰ ਨੂੰ ਬਸ ਸਭ ਤੋਂ ਪਹਿਲਾਂ ਤਾਂ ਨਸ਼ੇ ਨੂੰ ਨੱਥ ਪਾਉਣੀ ਚਾਹੀਦੀ ਹੈ, ਨਸ਼ਾ ਮੁਕਤ ਕਰਨਾ ਚਾਹੀਦਾ, ਕਿਉਂਕਿ ਜਿੰਨੇ ਵੀ ਜੰਗ ਆ ਹੁਣ ਹਰ ਇੱਕ ਘਰ ਦੇ ਵਿੱਚੋਂ ਮਾਪੇ ਡਰਦੇ ਆ ਆਪਣੇ ਬੱਚਿਆਂ ਨੂੰ, ਇਸੇ ਕਰਕੇ ਡਰ ਤੋਂ ਬਾਹਰ ਭੇਜੀ ਜਾਂਦੇ ਆ ਵੀ ਜੋ ਜਿਨ੍ਹਾਂ ਦੇ ਨਸ਼ੇ 'ਤੇ ਲੱਗ ਜਾਂਦੇ ਆ ਤਾਂ ਫਿਰ ਬਹੁਤ ਮੁੰਡਿਆਂ ਦੀ ਡੈਥ ਹੋਈ ਆ ਇਸ ਕਰਕੇ, ਨਸ਼ੇ ਕਰਕੇ। ਓਕੇ, ਅੱਛਾ ਸਰ, ਜਿਹੜਾ ਇਹ ਘਾਟਾ ਵਾ ਸਾਡੇ ਪੰਜਾਬ ਨੂੰ ਪੈ ਰਿਹਾ ਵਾ, ਸਰਕਾਰਾਂ ਦਾ ਚਲੋ ਕੁਛ ਨਹੀਂ ਜਾ ਰਿਹਾ, ਤੁਹਾਨੂੰ ਕੀ ਲੱਗਦਾ ਵਾ ਕਿਤੇ ਨਾ ਕਿਤੇ ਇਹ ਜਿਹੜੀ ਠੱਲ ਪਾਉਣ ਦਾ ਜਿਹੜਾ ਕਾਰਨ ਆ ਇਹ
ਸਰਕਾਰ ਇਗਨੋਰ ਕਰਦੀ ਪਈ ਆ ਜਾਂ ਫਿਰ ਮਤਲਬ ਸਾਡੇ ਜਿਹੜੇ ਯੂਥ ਆ ਉਹੀ ਧਿਆਨ ਨਹੀਂ ਦੇ ਪਾ ਰਹੇ ਆ ਜੀ? ਪਹਿਲੇ ਨੰਬਰ 'ਤੇ ਤਾਂ ਅਸੀਂ ਇਹੀ ਕਹਿੰਦੇ ਹਾਂ ਵੀ ਸਰਕਾਰਾਂ ਨੇ ਜਦੋਂ ਨਵੀਆਂ ਸਰਕਾਰਾਂ ਬਣਦੀਆਂ ਪਹਿਲੇ ਨੰਬਰ 'ਤੇ ਉਹਨਾਂ ਦਾ ਵਾਅਦਾ ਹੀ ਇਹ ਹੁੰਦਾ ਕਿ ਅਸੀਂ ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਇਹ ਨਸ਼ਾ ਮੁਕਤ ਕਰਾਂਗੇ, ਪਰ ਕੁਛ ਨਹੀਂ ਹੁੰਦਾ, ਬਸ ਇਹਨਾਂ ਦੇ ਬਿਆਨ ਹੀ ਹੁੰਦੇ ਸਰਕਾਰ ਬਣ ਜੀ ਮੁੜ ਕੇ ਖਤਮ। ਓਕੇ, ਮਤਲਬ ਕਿਤਨਾ ਕਿਤੇ ਇਹ ਸਿਰਫ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹਿ ਜਾਂਦੇ ਆ, ਆਪਣੀ ਸਰਕਾਰਾਂ ਲੈਣ ਦੀ ਹੈ ਜੀ। ਓਕੇ ਅੱਛਾ ਜੀ, ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਚੀਜ਼ 'ਤੇ, ਤੁਸੀਂ ਕੀ ਟਿੱਪਣੀ ਦੇਣਾ ਚਾਹੁੰਦੇ ਜੀ? ਇਸ ਤਰ੍ਹਾਂ ਹੁਣ ਭਾਈ ਨੇ ਦੱਸਿਆ ਕਿ ਇੱਕ ਵਾਅਦਾ ਹੀ ਹੁੰਦਾ ਉਹਨਾਂ ਦਾ ਕਿ ਬਾਅਦ ਵਿੱਚ ਇਸ ਚੀਜ਼ ਨੂੰ ਇਗਨੋਰ ਕੀਤਾ ਜਾਂਦਾ ਆ? ਸਰ, ਜਿਹੜੀ ਬੱਚਿਆਂ ਨੇ ਗੱਲ ਕਹੀ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਵੈਸੇ ਇਹ ਨਸ਼ੇ ਨੂੰ ਨੱਥ ਪਾਈ ਜਾਵੇ ਤਾਂ ਚੰਗਾ, ਧੀਆਂ ਕਈ ਮਾਵਾਂ ਦੇ ਬੱਚੇ ਜਿਹੜੇ ਜਵਾਨ ਆ ਉਹ ਮਰ ਰਹੇ ਆ, ਕਈ ਬੱਚੇ ਅਨਾਥ ਹੋ ਰਹੇ ਆ। ਸਰ, ਅਸੀਂ ਵੀ ਇਹੀ ਸਰਕਾਰ ਕੋਲ ਡਿਮਾਂਡ ਕਰਦੇ ਹਾਂ ਕਿ ਇਸ ਚੀਜ਼ ਨੂੰ ਨੱਥ ਪਾਈ ਜਾਵੇ ਜੋ ਸਾਰਾ ਸੋਹਣਾ ਪੰਜਾਬ ਰੰਗਲਾ ਪੰਜਾਬ ਦੁਬਾਰਾ ਤੋਂ ਬਣਿਆ ਜਾ। ਬਿਲਕੁਲ ਅੱਛਾ ਮੈਡਮ, ਇਸਦਾ ਸਰਕਾਰ ਆ ਤਾਂ ਇਹਦਾ ਰਾਸ਼ਨ ਵਾਲੀ ਹੋਈ ਪਈ ਆ, ਸਰਕਾਰ ਰਾਸ਼ਨ ਫਰੀ ਦੇ ਦਿਓ, ਕਿਰਾਇਆ ਮਾਫ਼ ਕਰ ਦਿਓ, ਬਿਜਲੀ ਮਾਫ਼ ਕਰ ਦਿਓ, ਪੈਨਸ਼ਨਾਂ ਵਧਾ ਦਿਓ, ਤਾਂ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਇਸ ਚੀਜ਼ ਵੱਲ ਵੀ ਬੜਾਵਾ ਹੋਰ? ਸਰ ਜੀ, ਇਸ ਚੀਜ਼ ਵਿੱਚ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੇ, ਕਿਉਂਕਿ ਜੇ ਅਸੀਂ ਰਾਸ਼ਨ ਦਿੰਦੇ ਹਾਂ ਉਹ ਤਾਂ ਸਾਨੂੰ ਤਾਂ ਆਦਤ ਸਰ ਪਈ ਜਾਂਦੀ ਹੈ ਕਿ ਅਸੀਂ ਆਰਾਮ ਨਾਲ ਘਰ ਬੈਠ ਕੇ ਖਾ ਸਕਦੇ, ਠੀਕ ਹੈ ਜੀ, ਅਤੇ ਬੱਚੇ ਬਾਹਰ ਜਾਣਗੇ ਕੰਮ ਕਰਨਗੇ, ਇਹਨਾਂ ਨੂੰ ਉਸ ਚੀਜ਼ ਦੀ ਲਗਨ ਲੱਗੂਗੀ, ਮਿਹਨਤ ਕਰਨ ਦੀ ਲਗਨ ਲੱਗੂਗੀ। ਅਤੇ ਸਰ ਜੀ, ਅਸੀਂ ਰਾਸ਼ਨ ਦੇ ਰਹੇ ਹਾਂ, ਫਰੀ ਕਰ ਰਹੇ ਹਾਂ, ਬੱਸਾਂ ਦੇ ਵਿੱਚ ਕਿਰਾਇਆ ਫਰੀ ਕਰ ਰਹੇ ਹਾਂ। ਸਰ, ਇੱਦਾਂ ਦੇ ਵੀ ਦੇਖਣ ਵਿੱਚ ਗੱਲਾਂ ਆਉਂਦੀਆਂ ਕਿ ਲੇਡੀਜ਼ ਜਿਹੜੀਆਂ ਆ ਜਦੋਂ ਕਿਰਾਏ ਬੱਸਾਂ ਵਿੱਚ ਫਰੀ ਬਹਿੰਦੇ ਆ ਉਹ ਆਪਸ ਵਿੱਚ ਹੀ ਲੜ ਪੈਂਦੀਆਂ, ਉਹ ਅਸੀਂ ਉਸ ਚੀਜ਼ ਨੂੰ ਬਹੁਤ ਥੱਲੇ ਜਾ ਰਹੇ ਹਾਂ, ਉਹ ਘਾਟਾ ਪੈ ਰਿਹਾ ਆ ਉਸ ਚੀਜ਼ ਦਾ। ਅਤੇ ਸਰ, ਇਸ ਚੀਜ਼ ਤੋਂ ਨਹੀਂ ਆਪਾਂ, ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈ। ਓਕੇ, ਸ਼ੁਕਰੀਆ ਜੀ। ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ 'ਤੇ, ਤੁਸੀਂ ਕੀ ਟਿੱਪਣੀ ਦੇਣਾ ਚਾਹੁੰਦੇ ਹੋ? ਸਰ, ਇਹ ਆ ਵੀ ਜਿਹੜੇ ਆਹ ਫਰੀ ਦੇ ਹਜ਼ਾਰ ਹਜ਼ਾਰ ਰੁਪਈਆ ਜਿੱਦਾਂ ਬੀਬੀਆਂ ਨੂੰ ਆਪਾਂ ਦੇਣਾ, ਇਹਨਾਂ ਨੂੰ ਬੇਰੁਜ਼ਗਾਰੀ ਖਤਮ ਕਰਨੀ ਚਾਹੀਦੀ, ਨੌਕਰੀਆਂ ਦੇ ਦੇਣੀਆਂ ਚਾਹੀਦੀਆਂ, ਉਹਦੇ ਮੁਤਾਬਕ ਜਿਹੜਾ ਸਾਡਾ ਜੰਗ ਆ ਉਹ ਬਚਿਆ ਰਹੋ, ਇੱਕ ਤਾਂ ਨਸ਼ੇ 'ਤੇ ਬਚਿਆ ਰਹੋ, ਇੱਕ ਉਹਨਾਂ ਨੂੰ ਫਿਰ ਹਜ਼ਾਰ ਹਜ਼ਾਰ ਜਿੱਦਾਂ ਹੁਣ ਘਰ ਪਰਤੀ ਜਿੱਦਾਂ ਹੁਣ ਦੇਣਾ ਆ ਉਹਦੀ ਲੋੜ ਨਹੀਂ ਪੈਣੀ, ਅਤੇ ਇਹਦੇ ਨਾਲ ਨੌਕਰੀ ਦੇ ਨਾਲ ਹੀ ਉਹਦਾ ਵਿਚਾਰੇ ਦਾ ਖਰਚਾ ਕਰ। ਉਹ ਸਮਾਂ ਜੇ ਸਰਕਾਰਾਂ ਚਾਹੁਣ ਤਾਂ ਉਹ ਐਟ ਏ ਟਾਈਮ ਹੀ ਆ ਸਕਦਾ, ਉਹਨਾਂ ਨੇ ਅਨਾਊਂਸ ਹੀ ਕਰਨਾ, CM ਸਾਹਿਬ ਨੇ ਅਨਾਊਂਸ ਕਰਨਾ ਆ, ਅਗਾਂਹ ਲੋਕਾਂ ਨੂੰ ਨੌਕਰੀਆਂ ਉਹਨਾਂ ਨੇ ਖੋਲ੍ਹ ਦੇਣੀਆਂ, ਤਾਂ ਸਾਰੇ ਜਾਣੇ ਆਪਣੇ ਟੈਸਟ ਦੇ ਕੇ ਨੌਕਰੀ ਕਰ ਸਕਦੇ ਹਾਂ। ਸਰ ਜੀ, ਨੌਕਰੀਆਂ ਮਿਲਦੀਆਂ ਆ ਅਤੇ ਇੱਥੇ ਬੱਚੇ ਨਸ਼ਿਆਂ ਵੱਲ ਵੀ ਘੱਟ ਜਾਣਗੇ, ਰੁਜ਼ਗਾਰ ਮਿਲੂਗਾ, ਅਤੇ ਚਲੋ ਕਈ ਘਰ ਜਿਹੜੇ ਤਬਾਹ ਹੋ ਰਹੇ ਨਸ਼ੇ ਨਾਲ ਉਸ ਚੀਜ਼ ਤੋਂ ਵੀ ਬਚਾਅ ਹੋਏਗਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਸਰ, ਇਹੀ ਆ ਕਿ ਸਾਡੇ ਪਿੰਡ ਦੇ ਵਿੱਚ ਖੱਖਾਂ ਦੇ ਵਿੱਚ ਬਹੁਤ ਜੰਗ ਬੱਚੇ ਆ ਜਿਹੜੇ ਇਹ ਨਸ਼ੇ ਦੇ ਅਧੀਨ ਹੋ ਗਏ ਆ, ਨਸ਼ਾ ਲੈਂਦੇ ਆ। ਇੱਕ ਸਰ, ਅਸੀਂ ਆਪਣੇ ਖੇਤਾਂ ਵਿੱਚ ਵਰਕ ਕਰਦੇ ਸੀਗੇ ਸਾਡੇ ਹਸਨ, ਅਤੇ ਇੱਕ ਬੱਚਾ ਸ਼ਮਸ਼ਾਨ ਘਾਟ ਦੇ ਵਿੱਚ ਘੱਟੋ ਘੱਟ ਉਹਦੀ ਉਮਰ ਜਿਹੜੀ ਹੋ ਗਈ 12-14 ਸਾਲ ਦੀ ਹੋਏਗੀ, 10 ਸਾਲ ਦਾ ਸੀ ਬੱਚਾ, ਅਤੇ 10ਵੀਂ ਕਲਾਸ ਵਿੱਚ ਸੋਰੀ ਪੜ੍ਹਦਾ ਸੀ, ਅਤੇ ਉਹ ਸਰ ਖੁਦ ਨੂੰ ਆਪਣੇ ਇੰਜੈਕਸ਼ਨ ਲਗਾ ਰਿਹਾ ਸੀਗਾ। ਇੱਥੇ ਤੱਕ ਕਿ ਨਸ਼ੇ ਨੇ ਬੇੜਾ ਗਰਕ ਕਰ ਦਿੱਤਾ ਆ ਬੱਚਿਆਂ ਦਾ, ਅਤੇ ਗੱਲ ਗਾਂ ਦਾ ਭਵਿੱਖ ਬਿਲਕੁਲ ਜ਼ੀਰੋ ਹੋ ਗਿਆ ਸਰ। ਅਤੇ ਇਹ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕੋਲ ਵੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਨਸ਼ਾ ਮੁਕਤ ਹੀ ਆਪਣਾ ਪੰਜਾਬ ਹੋਵੇ, ਜਿੱਦਾਂ ਦਾ ਪਹਿਲਾਂ ਸੀ ਆਪਣਾ ਪੰਜਾਬ ਉੱਦਾਂ ਦਾ ਹੀ ਹੋ ਜਾਵੇ। ਇਹ ਤੋਂ ਵੱਡੀ ਹੋਰ ਗੱਲ ਸਰ ਕੋਈ ਨਹੀਂ ਹੋ ਸਕਦੀ। ਬਿਲਕੁਲ ਜੀ, ਬਿਲਕੁਲ। ਦੁਬਾਰਾ ਇੱਕ ਸਵਾਲ ਪੁੱਛਦੇ ਹਾਂ ਇਹ ਯੰਗਸਟਰ ਨੂੰ। ਅੱਛਾ ਸਰ, ਜਿਸ ਤਰ੍ਹਾਂ ਸਰਕਾਰਾਂ ਵਾਅਦੇ ਕਰਦੀ ਪਈ ਆ ਰਾਸ਼ਨ ਦੇਵਾਂਗੇ, ਕਿਰਾਏ ਮਾਫ਼ ਕਰਾਂਗੇ, ਇਹ ਕਰਾਂਗੇ, ਵੋ ਕਰਾਂਗੇ, ਤੁਹਾਨੂੰ ਕੀ ਲੱਗਦਾ ਵਾ ਕਿ ਇਹ ਜਾਂ ਜ਼ਰੂਰੀ ਆ ਜਾਂ ਫਿਰ ਜਿਹੜਾ ਰੁਜ਼ਗਾਰ ਵਾ ਉਹ ਜ਼ਰੂਰੀ ਆ? ਸਾਨੂੰ ਰੁਜ਼ਗਾਰ ਜ਼ਰੂਰੀ ਆ, ਅਸੀਂ ਪਹਿਲਾਂ ਵੀ ਕਮਾ ਕੇ ਖਾਂਦੇ, ਸਾਡੇ ਮਾਤਾ ਪਿਤਾ ਨੇ ਵੀ ਕਮਾ ਕੇ ਖਾਧਾ, ਉਹਨੇ ਸਰਕਾਰ ਦਾ ਇੱਦਾਂ ਫਰੀ ਦਾ ਰਾਸ਼ਨ ਨਾ ਖਾਧਾ ਨਾ ਫਰੀ ਕਿਰਾਏ ਲਾਏ, ਉਹ ਜਿੱਥੇ ਵੀ ਗਏ ਆਪਣਾ ਪੈਸਾ ਖਰਚ ਕੇ ਗਏ, ਹੁਣ ਵੀ ਚੱਲ ਜਾਣਾ, ਸਾਨੂੰ ਨੌਕਰੀ ਦੇਵੇ ਸਰਕਾਰ, ਸਾਡੇ ਕੋਲ ਨੌਕਰੀ ਹੋ ਗਈ, ਸਾਰਾ ਕੁਛ ਲੈ ਸਕਦੇ ਆਪਾਂ। ਬਿਲਕੁਲ ਜੀ, ਬਿਲਕੁਲ। ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਚੀਜ਼ 'ਤੇ? ਹਾਂਜੀ ਸਰ, ਭਾਜੀ ਹੁਣ ਸਹੀ ਕਹਿ ਰਹੇ ਆ, ਜੋਬ ਮਿਲ ਜਾਵੇ ਸਰਕਾਰੀ ਤੋਂ, ਫਿਰ ਮਤਲਬ ਕਿਤੇ ਨਾ ਕਿਤੇ ਜਿਹੜੀ ਸਰਕਾਰਾਂ ਨੇ ਸਾਨੂੰ ਭੀਖ ਭਿਖਾਰੀ ਬਣਾਤਾ ਆ ਉਸ ਚੀਜ਼ ਨੂੰ ਖਤਮ ਕਰਨਾ। ਸਾਨੂੰ ਜੋਬ ਮਿਲੇ, ਅਸੀਂ ਆਪਣੀ ਚੀਜ਼ ਹਰ ਇੱਕ ਆਪ ਲੈ ਸਕਦੇ ਹਾਂ, ਆਪਣੀ ਮਿਹਨਤ ਦੀ ਕਿਸੇ ਦੇ ਮੂਹਰੇ ਸਾਨੂੰ ਸਰਕਾਰਾਂ ਦੇ ਮੂਹਰੇ ਹੱਥ ਅੱਡਣ ਦੀ ਨਹੀਂ ਲੋੜ ਪੈਣੀ। ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਸਰਕਾਰ ਤੋਂ ਉਹੀ ਮੰਗਦੇ, ਸਾਨੂੰ ਜੋਬ ਮਿਲੀ ਜਾਵੇ, ਰੁਜ਼ਗਾਰ ਮਿਲੇ, ਅਸੀਂ ਆਪ ਕਮਾ ਕੇ ਆਪਣਾ ਹੱਕ ਲੈ ਸਕੀਏ। ਸਰ, ਤੁਸੀਂ ਹਿਸਾਬ ਲਾ ਲਓ ਕਿ ਅਸੀਂ ਅਜੇ ਮਤਲਬ ਸਾਡੇ ਘਰ ਦੇ ਵੀ ਕੰਮ ਕਰਦੇ, ਖੇਤੀ ਕਰਦੇ ਅਸੀਂ, ਅਤੇ ਸਾਡਾ ਅਜੇ ਮਤਲਬ ਪੂਰਾ ਪੂਰਾ ਸਰਦਾ, ਮਸੀਂ ਸਰਦਾ, ਅਤੇ ਜਿਹੜੇ ਨਸ਼ੇ ਵੇਚਦੇ ਆ ਨਾ, ਗੱਡੀਆਂ ਕਾਰਾਂ ਬੁਲਟ ਕਈ ਕੁਛ ਮਤਲਬ ਲੈ ਕੇ ਫਿਰਦੇ ਆ, ਅਤੇ ਮਤਲਬ ਉਹ ਇੰਨਾ ਮਤਲਬ ਉਹਦੇ ਵਿੱਚ ਕਮਾਈ ਕਰਦੇ ਆ, ਤੁਸੀਂ ਸੋਚ ਨਹੀਂ ਸਕਦੇ ਕਿ ਇਹ ਉਹ ਹੋਰ ਵੀ ਬੱਚਿਆਂ ਨੂੰ ਆਪਣੇ ਨਾਲ ਖਿੱਚਦੇ ਆ ਕਿ ਦੇਖੋ ਅਸੀਂ ਆਹ ਕੁਛ ਲੈ ਰਿਹਾ, ਤੁਸੀਂ ਵੀ ਸਾਡੇ ਨਾਲ ਜੁੜ ਜਾਓ। ਮਤਲਬ ਕਿਤਨਾ ਕਿਤੇ ਸ਼ੋਸ਼ੇਬਾਜ਼ੀਆਂ ਦੇ ਚੱਕਰ ਦੇ ਵਿੱਚ ਸਾਡਾ ਜਿਹੜਾ ਯੂਥ ਹੈਗਾ ਵਾ ਇਸ ਚੀਜ਼ ਦੇ ਵਿੱਚ ਫਸਿਆ ਜਾ ਰਿਹਾ ਆ। ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਚੀਜ਼ ਬਾਰੇ? ਤੁਸੀਂ ਤਾਂ ਇੱਕ ਹੁਣੇ ਹੁਣੇ
यंगस्टर विचों लंघ के आए हैं, तुम किदा का माहौल देख चुके हैं पहला का? माहौल तो बहुत खराब चल रहा है जी, सरपंच साहब ना सहमत हैं बिल्कुल, फ्री नालों सानू नौकरी दिती जावे साडे बच्चों नू साडे भरावां नू साडियां भैणां नू, 1000 रुपए का 1100 का सिलेंडर पैंदा तक, बाकी खर्चा कितों चलो? वह भी 1200 का हो गया, महंगाई जो नौकरी मिलेगी सानू आप महंगाई भी खत्म हो जाऊगी। बिल्कुल जी बिल्कुल खत्म हो जाऊगी। बिल्कुल जी बिल्कुल जी बिल्कुल। हम साढ़े वीर आ 12 पढ़े आ दिहाड़ी जाते हैं 400 रुपये, 1000 रुपया वादे कर दिंदी अपनी डिमांड होंगी है या फिर मतलब कि वादा करने तो बाद सरकार दा आरडी डिमांड बन जाती है? इलेक्शन स्टंट होंगे जो वादे कर दिंदी है कि साडी ओ जरूरत बन जाती है। इलेक्शन दा मतलब ही है मतदान, असी अपनी मत कर दान करती तुम 5 साल की, तुम हम भावे छत्तर मारो साढ़े भावे भुखे मारो, असली जी इन्हू मतदान कहा जाता। बिल्कुल जी बिल्कुल सर बिल्कुल 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 जी बिल्कुल, बहुत वधिया गल कही तुसी। अभी भी सरकार अगे अपील करते हैं जेडे सर ने कहा वा नशिया बारे या फिर साड इस पिंड जी यंगस्टर ने गलबात की आ जी नशिया का बहुत ज़्यादा जो कहर आड़े यूथ से बरसा रहा है बरस रहा है, तो अभी सरकार अगे अपील करते हैं इस चीज़ की जरूर ठल पाई जाए ता जो आने वाले समय के साडा यंगस्टर खत्म हो जिस तरह नज़र आ रहा वो खत्म होंदा नज़र आ रहा इस नूं बचाया जाए, आने वाले समय के यह ना हो सिर्फ बजुर्गों का ही पंजाब रह जाए। तो मैं यही कहता है पंजाबी दी वासो अमनप्रीत।